ਪੌੜ ਲੈ ਲਈ ਉਹ ਤਾਂ ਸ਼ੁਰੂਆਤ ਹੋ ਗਈ, ਉਹਦੀ ਮੰਜ਼ਿਲ ਕੀ ਹੈ? ਉਹਦੀ ਮੰਜ਼ਿਲ ਹੈ ਉਹਨੇ ਇੱਕ ਐਸੇ ਅੰਮ੍ਰਿਤ ਦੇ ਰਸ ਤੱਕ ਜਾਣਾ ਜਿਹਨੂੰ ਪੀਣ ਤੋਂ ਬਾਅਦ ਉਹਦੀ ਦੁਨੀਆਂ ਵਿੱਚ ਖਿੱਚ ਖਤਮ ਹੋ ਜਾਏ, ਉਹਦੇ ਵਾਸਤੇ ਉਹਨੇ ਕੰਮ ਕਰਦੇ ਰਹਿਣਾ। ਕਈ ਵਾਰੀ ਅਸੀਂ ਕਹਿੰਦੇ ਹਾਂ, ਬਹੁਤ ਸਾਰੇ ਸੱਜਣ ਕਹਿੰਦੇ ਵੀ ਨੇ, ਅਸੀਂ ਭੁਲੇਖੇ ਵਿੱਚ ਆ ਕੇ ਧਰਮ ਨੂੰ ਸਿਰਫ ਸਮਾਜਿਕ ਕਰਮ ਬਣਾ ਦਿੱਤਾ। ਸੋਚਿਆ ਬਈ ਧਰਮ, ਅਸੀਂ ਧਰਮੀ ਹਾਂ ਕਾਹਦੇ ਵਾਸਤੇ? ਇੱਕ ਤਾਂ ਭੇਕ ਉੱਤੇ ਪਾਇਆ ਸਰੀਰ ਦੇ, ਨੰਬਰ ਇੱਕ। ਦੂਜਾ ਕਹਿੰਦੇ ਸੱਚ ਬੋਲਣਾ, ਝੂਠ ਨਹੀਂ ਬੋਲਣਾ, ਆਪਣਾ ਕੰਮ ਕਰਨਾ, ਆਪਣੀ ਰੋਟੀ ਖਾਣੀ। ਕਹਿੰਦੇ ਇਹਦੇ ਤੋਂ ਵੱਧ ਹੋਰ ਕਿਹੜਾ ਧਰਮ ਹੁੰਦਾ ਹੈ? ਆਹੀ ਤਾਂ ਧਰਮ, ਇੱਥੇ ਅਸੀਂ ਭੁਲੇਖਾ ਖਾ ਗਏ। ਇਹ ਧਰਮ ਦੀ ਪਟੀਸ਼ਨ ਸੀ, ਧਰਮ ਦੀ ਨੀਂਹ ਸੀ, ਧਰਮ ਨਹੀਂ ਸੀ ਖਿਆਲ ਰੱਖਣਾ। ਧਰਮ ਹੋਰ ਹੈ, ਸੱਚ ਬੋਲਣਾ, ਕਿਸੇ ਦਾ ਹੱਕ ਨਾ ਖਾਣਾ, ਆਪਣਾ ਕੰਮ ਕਰਨਾ। ਇਹਨਾਂ ਦੇਸ਼ਾਂ ਵਿੱਚ ਖਾਸ ਕਰਕੇ ਮੈਨੂੰ ਸੱਜਣਾ ਨੇ ਕਿਹਾ ਵੀ ਅੱਗੋਂ ਇਹ ਵਿਚਾਰ ਸਾਡੇ ਵਿੱਚ ਬੜਾ ਹਾਵੀ ਹੋ ਗਿਆ ਵੀ ਹੋਰ ਕੀ ਅੰਮ੍ਰਿਤ ਛਕਣਾ, ਹੋਰ ਕੀ ਗੁਰਦੁਆਰੇ ਜਾਣਾ। ਸਵੇਰੇ ਉੱਠੀਦਾ, ਆਪਣੇ ਕੰਮ 'ਤੇ ਜਾਈਦਾ, ਆਪਣਾ ਕਮਾਈਦਾ, ਆਪਣਾ ਖਾਈਦਾ, ਕਿਸੇ ਨੂੰ ਧੋਖਾ ਨਹੀਂ ਦੇਈਦਾ, ਝੂਠ ਨਹੀਂ ਬੋਲੀਦਾ, ਬਸ ਹੋ ਗਿਆ ਧਰਮ ਹੀ? ਨਹੀਂ ਨਹੀਂ, ਇਹ ਤਾਂ ਧਰਮ ਦੀ ਨੀਂਹ ਦੀ ਪਹਿਲੀ ਇੱਟ ਹੈ, ਰੱਖਣੀ ਪਏਗੀ, ਕੋਈ ਸ਼ੱਕ ਨਹੀਂ। ਸਰੀਰ 'ਤੇ ਦੂਜਾ ਸਾਡਾ ਤਬਕਾ ਹੈ, ਅਸੀਂ ਪਾ ਲਿਆ ਸਰੀਰ 'ਤੇ ਵਸਤਰ, ਸਰੀਰ 'ਤੇ ਪਾ ਲਿਆ ਅਸੀਂ ਕਕਾਰ, ਅਸੀਂ ਕਿਹਾ ਜੀ ਹੋ ਗਏ ਖਾਲਸੇ, ਬੁਲਾਓ ਚਾਰ ਜਕਾਰੇ ਖਾਲਸੇ ਦੀ ਚੜ੍ਹਦੀ ਕਲਾ। ਇਹ ਵੀ ਇੱਕ ਇੱਟ ਸੀ ਨੀਂਹ ਦੇ ਵਿੱਚ। ਤੁਸੀਂ ਖਿਆਲ ਕਰੋ, ਜੇ ਕੋਈ ਆਦਮੀ ਸਾਰੀ ਉਮਰ ਨੀਂਹ ਭਰ ਕੇ ਬੈਠਾ ਰਹੇ, ਉਸ ਨੀਂਹ ਦਾ ਕੀ ਕਰੇਗਾ ਜੇ ਉੱਤੇ ਮਕਾਨ ਹੀ ਛਾਤੀ ਕੋਈ ਨਹੀਂ ਪਿਆ? ਉਹ ਨੀਂਹ ਉਹਦਾ ਕੀ ਸਵਾਰੇਗੀ? ਕੀ ਕਰੋਗੇ ਉਸ ਸੱਚ ਦਾ ਜੋ ਤੁਹਾਨੂੰ ਕਦੀ ਮਸਤ ਨਹੀਂ ਕਰਦਾ, ਜਿਹਦੇ ਵਿੱਚੋਂ ਤੁਹਾਨੂੰ ਕਦੀ ਇੱਕ ਬੂੰਦ ਨਹੀਂ ਮਿਲਦੀ, ਕਦੀ ਝੂਮਦੇ ਨਹੀਂ, ਤੁਸੀਂ ਇੱਕ ਸ਼ਰਾਬੀ ਵੱਲ ਵੇਖ ਕੇ ਅੰਦਰੋਂ ਤਰਸਦੇ ਰਹਿੰਦੇ ਹੋ ਵੀ ਇਹ ਤਾਂ ਨਜ਼ਾਰੇ ਲਈ ਜਾਂਦਾ, ਮੈਂ ਤਾਂ ਰਹਿ ਗਿਆ। ਕੀ ਕਰੇਗਾ ਤੁਹਾਡਾ ਧਰਮ? ਧਰਮ ਤਾਂ ਉਹ ਹੈ ਕਿ ਇੱਕ ਪਾਸੇ ਸਾਰੀ ਧਰਤੀ ਦਾ ਰਾਜ ਖੜਾ ਹੋਵੇ ਅਤੇ ਅੰਦਰੋਂ ਭਰਦਾ ਗੁਰੂ ਉਹ ਰੰਗ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਅੱਜ ਦੇ ਸ਼ਬਦ ਵਿੱਚ, ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ। ਖੀਵਾ ਦਾ ਅਰਥ ਹੈ ਮਸਤ ਹੋ ਜਾਣਾ। ਹੁਣ ਮੈਨੂੰ ਸੰਸਾਰ ਮਿੱਟੀ ਦਿਸਦਾ ਹੈ, ਹੁਣ ਮੇਰੇ ਵਾਸਤੇ ਸ਼ਰਾਬ ਝੂਠੀ ਪੈ ਗਈ ਜਿਹੜੀ ਤੂੰ ਕੱਢੀ ਹੈ, ਸਭ ਕੁਝ ਫਿੱਕਾ ਪੈ ਗਿਆ। ਧਰਮ ਉਹਨੂੰ ਕਹਿੰਦੇ ਨੇ, ਅਸੀਂ ਤਾਂ ਸੁੱਕੇ ਸੜੇ ਧਰਮ ਦੇ ਵਿੱਚ ਫਸੇ ਹਾਂ, ਕਦੀ ਇੱਕ ਬੂੰਦ ਨਹੀਂ ਡਿੱਗੀ, ਜਿਵੇਂ ਰਾਜਸਥਾਨ ਹੁੰਦਾ ਹੈ, ਰੇਗਿਸਤਾਨ। ਯਾਦ ਰੱਖਣਾ, ਧਰਮ ਦੀ ਪਰੰਪਰਾ ਧਰਮ ਨਹੀਂ ਹੈ, ਉਹ ਧਰਮ ਦਾ ਸਿਰਫ ਮਾਰਗ ਹੈ। ਤੁਸੀਂ ਜਪਜੀ ਸਾਹਿਬ ਪੜ੍ਹ ਕੇ ਵੇਖੋ, ਮੰਨੇ ਮੰਨੇ ਦੀਆਂ ਪੌੜੀਆਂ ਪੜ੍ਹ ਕੇ ਵੇਖੋ, ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਛੇਤੀ ਸੰਬੰਧ। ਪੰਥ ਵੱਖਰਾ ਹੈ, ਧਰਮ ਵੱਖਰਾ ਹੈ, ਔਰ ਇਹਦੀ ਵਿਆਖਿਆ ਕਰਨੀ ਹੀ ਪਏਗੀ, ਭਾਵੇਂ ਸਾਡੇ ਹੰਕਾਰ ਨੂੰ ਚੋਟ ਲੱਗੇ, ਲੱਗੇਗੀ ਜ਼ਰੂਰ, ਕਿਉਂਕਿ ਅਸੀਂ ਪੰਥ ਨੂੰ ਧਰਮ ਕਹਿ ਦਿੱਤਾ। ਸਾਡੇ ਵਿੱਚੋਂ 50% ਲੋਕ ਕਹਿੰਦੇ ਪੰਥ ਦੀ ਲੋੜ ਹੀ ਨਹੀਂ ਜੀ, ਅਸੀਂ ਤਾਂ ਸਿੱਧੇ ਧਰਮੀ ਹਾਂ, ਨਾ ਸਾਨੂੰ ਕਿਰਪਾਨ ਦੀ ਲੋੜ, ਨਾ ਸਾਨੂੰ ਕੜੇ ਦੀ, ਨਾ ਸਾਨੂੰ ਕੇਸਾਂ ਦੀ, ਜੀ ਸਿੱਧਾ ਰੱਬ ਸਾਡੇ ਨਾਲ, ਅਸੀਂ ਸੱਚ ਬੋਲਦੇ ਹਾਂ। ਗਲਤ ਹੋ ਗਈ ਗੱਲ, ਉਹ ਵੀ ਰਾਹ ਵਿੱਚ ਰਹਿ ਗਏ। ਉਹਨਾਂ ਨੇ ਇਸ ਤਰ੍ਹਾਂ ਕਹਿ ਦਿੱਤਾ ਜੀ, ਪਲਾਟ 'ਤੇ ਖਰੀਦਿਆ ਨਹੀਂ, ਕੋਠੀ ਬਣਾਉਣੀ ਹੈ। ਕਿੱਥੇ ਬਣਾਉਣੀ? ਆਕਾਸ਼ ਵਿੱਚ ਬਣਾਉਣੀ ਜੀ, ਥਾਂ 'ਤੇ ਹੈ ਨਹੀਂ। ਧਰਮ ਦਾ ਮਹਿਲ ਬਣਾਓਗੇ ਕਿੱਥੇ? ਤੁਹਾਡੇ ਕੋਲ ਧਰਮ ਦੇ ਕਕਾਰ ਹੀ ਨਹੀਂ ਅਜੇ ਤੱਕ ਆਏ, ਅਤੇ ਕਕਾਰਾਂ ਦਾ ਕਰੋਗੇ ਕੀ ਜੇ ਤੁਸੀਂ ਪਲਾਟ ਖਰੀਦ ਲਿਆ ਅਤੇ ਉੱਤੇ ਮਕਾਨ ਹੀ ਨਾ ਬਣਾਇਆ? ਧਰਮ ਹੋਰ ਹੈ, ਪੰਥ ਹੋਰ ਹੈ। ਸਾਡੀ ਕੌਮ ਦੇ 50% ਲੋਕ ਪੰਥ ਵਿੱਚ ਆਏ ਨਹੀਂ, ਉਹ ਕਹਿੰਦੇ ਪੰਥ ਦੀ ਲੋੜ ਹੀ ਕੋਈ ਨਹੀਂ ਹੈ। 50% ਲੋਕ ਪੰਥ ਵਿੱਚ ਆ ਗਏ ਨੇ, ਉਹਨਾਂ ਨੇ ਗਲਤੀ ਨਾਲ ਪੰਥ ਨੂੰ ਧਰਮ ਕਹਿ ਦਿੱਤਾ। ਧਰਮ ਹੋਰ ਚੀਜ਼ ਹੈ, ਧਰਮ ਪੰਥ ਦੇ ਉੱਤੇ ਤੁਰ ਤੁਰ ਕੇ ਜਦੋਂ ਮੰਜ਼ਿਲ 'ਤੇ ਆਦਮੀ ਪਹੁੰਚ ਜਾਂਦਾ ਹੈ, ਇੱਕ ਖਾਸ ਨਸ਼ੇ ਵਿੱਚ, ਖਾਸ ਰਸ ਵਿੱਚ ਡੁੱਬਣ ਲੱਗਦਾ ਹੈ, ਆਨੰਦ ਵਿੱਚ ਜਾਣ ਲੱਗਦਾ ਹੈ, ਧਰਮੀ ਉਦੋਂ ਹੁੰਦਾ ਹੈ। ਇਸ ਕਰਕੇ ਧਰਮੀ ਦੇ ਹੋਵੇ, ਜਿੰਨਾ ਚਿਰ ਸਾਡੀ ਜ਼ਿੰਦਗੀ ਵਿੱਚ ਦੁੱਖ ਹੈ ਉਹਨਾਂ ਚਿਰ ਧਰਮ ਨਹੀਂ ਖਿਆਲ, ਦੋਵਾਂ ਦਾ ਜੋੜ ਕੋਈ ਨਹੀਂ। ਜਿੱਦਣ ਧਰਮ ਆ ਗਿਆ, ਜਿੱਦਣ ਆਨੰਦ ਆ ਗਿਆ, ਉਦਣ ਦੁੱਖ ਖਤਮ ਹੋ ਜਾਏਗਾ ਸਾਰਾ, ਨੇੜੇ ਵੀ ਨਹੀਂ ਲੰਘੇਗਾ। ਇਸ ਲਈ ਸਤਿਗੁਰੂ ਨੇ ਇਹਦੇ ਦੋ ਹਿੱਸੇ ਕੀਤੇ ਨੇ। ਧਰਮ ਨੂੰ ਦੱਸਿਆ ਸਰਬ ਧਰਮ ਮੈਂ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ
निर्मल कर्म, निर्मल कर्म करी जा। गुरु दे दसे मार्ग ते तुर ते जिदन तेरे विच नाम टिक जाएगा, जदों नाम जपेगा उदों तेनू धर्म का रस आउण लग पेगा, ते धर्म का रस जदों आएगा तू तृप्त हो जाएगा, रज जाएगा।